ਹੈਪੀ ਨਿਊ ਇਅਰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਹੈਲੋ ਗਾਇਸ ਵੈਲਕਮ ਬੈਕ ਟੂ ਆਰ ਚੈਨਲ ਸੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸੋ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੀ ਲਾਈਫ ਵਿੱਚ ਬਹੁਤ ਹੀ ਹੈਪੀਨੈਸ ਲੈ ਕੇ ਆਵੇ ਸੋ ਅੱਜ ਅਸੀਂ ਜਾ ਰਹੇ ਹਾਂ ਬਾਹਰ ਬੈਰਗਮੋ ਵਿੱਚ ਜਿੱਥੇ ਕਿ ਇਟਲੀ ਦੇ ਵਿੱਚ ਬਹੁਤ ਹੀ ਕਹਿੰਦੇ ਆ ਕਿ ਬਹੁਤ ਵਧੀਆ ਤਰੀਕੇ ਨਾਲ ਨਿਊ ਈਅਰ ਮਨਾਇਆ ਜਾਂਦਾ ਮੈਂ ਵੈਸੇ ਕਦੀ ਵੀ ਨਹੀਂ ਗਈ ਕਿਉਂਕਿ ਅਸੀਂ ਹਰ ਵਾਰੀ ਗੁਰਦੁਆਰੇ ਸਾਹਿਬ ਜਾ ਕੇ ਹੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਾਂ ਬਟ ਹੁਣ ਲਾਸਟ ਈਅਰ ਤੋਂ ਕੀ ਹੋਇਆ ਜਿਹੜਾ ਸਾਡੇ ਘਰ ਦੇ ਲਾਗੇ ਗੁਰੂ ਘਰ ਸੀ ਉਹ ਬੰਦ ਹੋ ਚੁੱਕਿਆ ਹੈ ਤੇ ਹੁਣ ਜਿਹੜਾ ਗੁਰੂ ਘਰ ਆ ਬਹੁਤ ਦੂਰ ਪੈ ਜਾਂਦਾ ਜਿਹਦੇ ਕਰਕੇ ਕਿ ਹੁਣ ਅਸੀਂ ਉੱਥੇ ਨਹੀਂ ਜਾ ਸਕਦੇ ਅਸੀਂ ਜਾਵਾਂਗੇ ਮਾਰਨਿੰਗ 'ਚ ਕਿਉਂਕਿ ਰਾਤ ਨੂੰ ਹੁਣ ਧੁੰਦ ਬਹੁਤ ਪੈ ਜਾਂਦੀ ਹੈ ਅਤੇ ਬਹੁਤ ਮੁਸ਼ਕਲ ਹੁੰਦੀ ਹੈ ਸੁਨਸਾਨ ਏਰੀਆ ਹੁੰਦਾ ਇਸ ਕਰਕੇ ਅਸੀਂ ਸੋਚਿਆ ਕਿ ਅੱਜ ਕਿਉਂ ਨਾ ਬੈਰਗਮੋ ਵਿੱਚ ਜਾ ਕੇ ਇੱਥੋਂ ਦੇ ਹਿਸਾਬ ਨਾਲ ਦੇਖੀਏ ਕਿ ਇੱਥੇ ਕਿੱਦਾਂ ਨਿਊ ਈਅਰ ਸੈਲੀਬ੍ਰੇਟ ਕਰਦੇ ਆ ਤੇ ਚਲੋ ਸੋ ਅਸੀਂ ਖਾਣਾ ਖਾ ਰਹੇ ਹਾਂ ਗੱਡੀ ਦੇ ਵਿੱਚ ਹੀ ਰੈਸਟੋਰੈਂਟ ਤੋਂ ਲੈ ਕੇ ਅਸੀਂ ਵੈਸੇ ਰੈਸਟੋਰੈਂਟ 'ਚ ਬਹਿ ਕੇ ਖਾਣਾ ਖਾਣਾ ਸੀ ਬਟ ਇਹਨਾਂ ਦਾ ਗ੍ਰੀਨ ਪਾਸ ਸੀਗਾ ਇਹਨਾਂ ਦੇ ਕੋਲ ਬਟ ਮੇਰਾ ਗ੍ਰੀਨ ਪਾਸ ਨਹੀਂ ਸੀ ਮੇਰੇ ਕੋਲ ਸੋ ਅੱਜ ਨਿਊ ਈਅਰ ਦੇ ਕਰਕੇ ਬਹੁਤ ਜ਼ਿਆਦਾ ਇਹਨਾਂ ਨੇ ਰੂਲਸ ਜਿਹੜੇ ਉਹ ਟਾਈਟ ਕੀਤੇ ਨੇ ਇਸ ਕਰਕੇ ਅਸੀਂ ਸੋਚਿਆ ਫਿਰ ਅਸੀਂ ਕਿਉਂ ਨਾ ਪੈਕ ਕਰਾ ਕੇ ਗੱਡੀ ਵਿੱਚ ਹੀ ਖਾਧਾ ਜਾਵੇ ਸੋ ਕਿੱਦਾਂ ਦਾ ਸਵਾਦ ਆ ਰਿਹਾ ਗੱਡੀ ਵਿੱਚ ਵਧੀਆ ਪੈਸੇ ਘੱਟ ਲੱਗੇ ਆ ਸਹੀ ਗੱਲ ਹੈ ਵੈਸੇ ਅਨਾ ਜਾਂਜੂ ਅਸੀਂ ਜਾ ਰਹੇ ਹਾਂ ਦੇਖਦੇ ਹਾਂ ਕਿ ਅੱਜ ਉੱਥੇ ਸੈਲੀਬ੍ਰੇਟ ਕਰਦੇ ਆ ਨਿਊ ਈਅਰ ਜਾਂ ਨਹੀਂ ਕਿਉਂਕਿ ਲਾਸਟ ਈਅਰ ਤਾਂ ਨਹੀਂ ਸੀ ਕੀਤਾ ਕੋਵਿਡ ਦੇ ਕਰਕੇ ਇਸ ਵਾਰੀ ਦੇਖਦੇ ਹਾਂ ਜਾ ਕੇ ਪਾਪਾ ਗਏ ਆ ਪੁੱਤ ਸੋ ਸਾਂਝੀ ਨੂੰ ਮੈਂ ਪੂਰਾ ਕਵਰ ਕਰ ਦਿੱਤਾ ਹੈ ਕਿਉਂਕਿ ਬਹੁਤ ਠੰਡ ਹੋ ਗਈ ਆ ਹਨਾ ਸਾਂਝੂ ਹਾਂ ਬਹੁਤ ਜ਼ਿਆਦਾ ਫੋਕੀ ਚੱਲਦੀ ਹੈ ਨਾ ਹੁਣੇ ਦੇਖਿਓ 12 ਵਜੇ ਪੂਰੇ ਫੋਕੇ ਚੱਲਨੇ ਬਹੁਤ ਜ਼ਿਆਦਾ ਪਟਾਕੇ ਚੱਲਨੇ ਆ ਫਿਰ ਠਾਠਾ 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 ਹੋਣੀ ਆ ਵਾਓ ਸਾਂਝੂ ਕਹਿੰਦਾ ਹੈਪੀ ਨਿਊ ਈਅਰ ਕਹਿੰਦਾ ਸਤਨਾਮ ਸਤਨਾਮ ਵੈਰੀ ਗੁੱਡ ਹੈਲੋ ਗਾਇਸ ਸਾਂਝ ਬਹੁਤ ਜ਼ਿਆਦਾ ਹੈਪੀ ਆ ਬਹੁਤ ਖੁਸ਼ ਆ ਸੋ ਕਵਲ ਗਏ ਨੇ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਐਜ਼ ਯੂਜ਼ੂਅਲ ਉਹ ਕੁਛ ਨਾ ਕੁਛ ਭੁੱਲ ਹੀ ਆਉਂਦੇ ਨੇ ਗੱਡੀ ਦੇ ਵਿੱਚ ਬਸ ਉੱਧਰ ਗਏ ਨੇ ਸਾਂਝੂ ਆਰ ਯੂ ਹੈਪੀ ਨਾਓ ਆਰ ਯੂ ਹੈਪੀ ਆਰ ਯੂ ਹੈਪੀ ਸੋ ਆ ਗਏ ਨੇ ਸਰਦਾਰ ਜੀ ਤੇਰੇ ਆ ਰਹੇ ਨੇ ਹੋ ਗਈ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਲਾਈਟਿੰਗ ਬਹੁਤ ਸੋਹਣੀ ਆ ਨਾ ਸਾਂਝੂ ਦੇਖੋ ਫੋਨ ਵਾਲੇ ਦੇਖੋ
ਚਲੋ ਵੈਰੀ ਸੈਡ ਸੋ ਇਸ ਵਾਰੀ ਵੀ ਇੱਥੇ ਕੋਈ ਵੀ ਅਰੇਂਜਮੈਂਟ ਨਹੀਂ ਹੈਗਾ ਕਹਿੰਦੇ ਕਰੋਨਾ ਕਰਕੇ ਨਹੀਂ ਮਨਾਉਣਾ ਲਾਸਟ ਈਅਰ ਵੀ ਨਹੀਂ ਸੀ ਮਨਾਇਆ ਤੇ ਹੁਣ ਵੀ ਨਹੀਂ ਮਨਾਉਣਾ ਇੱਦਾਂ ਦਾ ਲੱਗ ਰਿਹਾ ਕਵਰ ਇਸ ਵਾਰੀ ਵੀ ਨਹੀਂ ਮਨਾਉਣਾ ਤੇ ਚਲੋ ਕੋਈ ਗੱਲ ਨਹੀਂ ਹੁਣ ਮਨਣੀ ਪੈਣੀ ਹਰ ਇੱਕ ਨਾ ਅਸੀਂ ਇਸ ਵਾਰੀ ਗੁਰਦੁਆਰੇ ਸਾਹਿਬ ਜਾ ਸਕੇ ਤੇ ਨਾ ਹੀ ਇੱਥੇ ਕੁਛ ਵੀ ਵੈਰੀ ਬੈਡ ਕਿੰਨਾ ਸੋਹਣਾ ਬਣਾਇਆ ਸ਼ੋਪ ਵਾਲਿਆਂ ਨੇ ਇਹ ਲੋਕ ਬਹੁਤ ਜ਼ਿਆਦਾ ਸਜਾਉਂਦੇ ਨੇ ਬਹੁਤ ਸੋਹਣਾ ਸੋਹਣਾ ਸਜਾਉਂਦੇ ਨੇ ਸਾਡੇ ਵਾਂਗੂ ਹੋਰ ਵੀ ਇੰਡੀਅਨ ਅਤੇ ਪਾਕਿਸਤਾਨੀ ਆਏ ਸੀ ਪਰ ਸਾਰੇ ਹੁਣ ਵਾਪਸ ਜਾ ਰਹੇ ਨੇ ਸੈਡ ਹੋ ਕੇ ਕਿਉਂਕਿ ਇਸ ਵਾਰੀ ਫਿਰ ਕਹਿ ਰਹੇ ਨੇ ਕਿ ਕਰੋਨਾ ਕਰਕੇ ਅਸੀਂ ਜਿਹੜਾ ਇੱਥੇ ਸੈਲੀਬ੍ਰੇਸ਼ਨ ਹੁੰਦੀ ਆ ਉਹ ਨਹੀਂ ਕਰਨੀ ਸੋ ਕਵਲ ਤਾਂ ਕਾਫੀ ਟਾਈਮ ਦੇਖ ਚੁੱਕੇ ਨੇ ਸੈਲੀਬ੍ਰੇਸ਼ਨ ਮੇਰੀ ਕਿਸਮਤ ਹੈ ਅਸੀਂ ਗੁਰੂ ਘਰ ਦੇ ਦਰਸ਼ਨ ਕਰ ਲਿਆ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਵਾਪਸ ਸੋ ਅੱਜ ਅਸੀਂ ਬਹੁਤ ਜ਼ਿਆਦਾ ਹੈਪੀ ਆ ਸਾਡੇ ਫੈਨ ਸਾਨੂੰ ਮਿਲਣ ਵਾਸਤੇ ਆਏ ਜਿਨ੍ਹਾਂ ਨੇ ਸਾਨੂੰ ਦੂਰੋਂ ਹੀ ਪਹਿਚਾਣ ਲਿਆ ਜੇ ਕਿ ਅਸੀਂ ਮਾਸਕ ਇਹਨੇ ਵੀ ਲਾਏ ਸੀ ਬਟ ਉਹਨਾਂ ਨੇ ਸਾਨੂੰ ਪਹਿਚਾਣ ਲਿਆ ਤੇ ਸਾਨੂੰ ਮਿਲਣ ਵਾਸਤੇ ਚੇਚੇ ਤੌਰ ਤੇ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ ਬਹੁਤ ਚੰਗਾ ਲੱਗਾ ਬਹੁਤ ਚੰਗਾ ਲੱਗਾ ਉਹਨਾਂ ਨੂੰ ਮਿਲ ਕੇ ਸੋ ਸਾਂਝ ਵੀ ਮਿਲੀ ਆਪਣੇ ਛੋਟੇ ਛੋਟੇ ਫੈਨਸ ਨੂੰ ਉਹਨਾਂ ਸਾਂਝ ਮਿਲੇ ਸੀ ਨਾ ਤੁਸੀਂ ਕੌਣ ਸੀ ਨਹੀਂ ਛੋਟੇ ਛੋਟੇ ਬੇਬੀਸ ਨੂੰ ਮਿਲਿਆ ਸੀ ਨਾ ਜਿਨ੍ਹਾਂ ਨੇ ਚਾਓ ਚਾਓ ਕੀਤੀ ਸੀ ਤੁਹਾਨੂੰ ਹਾਂ ਬਾਏ ਬਾਏ ਵੀ ਕੀਤਾ ਸੀ ਹੈ ਨਾ ਸੋ ਹੁਣ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ